ਆਸ਼ਕੀ ਚ ਮਾਰਿਆ ਗਿਆ 26 ਸਾਲਾ ਨੌਜਵਾਨ, ਪ੍ਰੇਮਿਕਾ ਨਾਲ ਮੁਲਾਕਾਤ ਸਮੇਂ ਘਰ ਆ ਗਿਆ ਪਤੀ, ਸਾਥੀਆਂ ਨਾਲ ਮਿਲ ਕੇ ਲਈ ਮੁੰਡੇ ਦੀ ਜਾਨ। ਦੱਸ ਦੇ ਕਿ ਨਜਾਇਜ਼ ਸਬੰਧਾਂ ਦੇ ਚੱਲਦੇ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ, ਜਿੱਥੇ ਨੌਜਵਾਨ ਇੱਕ ਵਿਆਹੁਤਾ ਦੇ ਪ੍ਰੇਮ ਸਬੰਧਾਂ ਦੇ ਵਿੱਚ ਆ ਜਾਂਦਾ ਤੇ ਰਾਤ ਦੇ ਸਮੇਂ ਜਦ ਇਹ ਆਪਣੀ ਪ੍ਰੇਮਿਕਾ ਨੂੰ ਮਿਲਣ ਦੇ ਲਈ ਜਾਂਦਾ ਤਾਂ ਮੌਕੇ ਤੇ ਘਰ ਇਸ ਪ੍ਰੇਮਿਕਾ ਦਾ ਪਤੀ ਆ ਜਾਂਦਾ ਤੇ ਨਾਲ ਉਸਦੇ ਕੁਝ ਸਾਥੀ ਵੀ ਹੁੰਦੇ ਨੇ ਤੇ ਇਹਨਾਂ ਦੇ ਵੱਲੋਂ ਮਿਲ ਕੇ ਇਸ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ। ਤਾਂ ਦੱਸ ਦਈਏ ਕਿ ਇਹ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ, ਜਿੱਥੇ ਇੱਕ 26 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਤਾਂ ਮਿਲੀ ਜਾਣਕਾਰੀ ਅਨੁਸਾਰ ਇਸ ਨੌਜਵਾਨ ਦਾ ਇੱਕ ਵਿਆਹੁਤਾ ਮਹਿਲਾ ਦੇ ਨਾਲ ਪ੍ਰੇਮ ਸੰਬੰਧ ਸੀ। ਤਾਂ ਬੀਤੀ ਰਾਤ ਇਹ ਅੱਧੀ ਰਾਤ ਨੂੰ ਉਸਨੂੰ ਮਿਲਣ ਦੇ ਲਈ ਜਾਂਦਾ ਜਦ ਉਸਦਾ ਪਤੀ ਘਰ ਨਹੀਂ ਹੁੰਦਾ। ਤਾਂ ਦੱਸ ਦਈਏ ਕਿ ਇਸਦੇ ਪਤੀ ਨੂੰ ਪਹਿਲਾਂ ਤੋਂ ਹੀ ਇਹਨਾਂ ਦੋਨਾਂ ਦੇ ਸੰਬੰਧਾਂ ਤੇ ਸ਼ੱਕ ਸੀ, ਜਿਸ ਨੂੰ ਲੈ ਕੇ ਇਹ ਮੌਕੇ ਦੀ ਫਿਰਾਕ ਦੇ ਵਿੱਚ ਬੈਠਾ ਸੀ। ਤਾਂ ਜਿਵੇਂ ਹੀ ਇਹ ਨੌਜਵਾਨ ਇਸ ਮਹਿਲਾ ਨੂੰ ਮਿਲਣ ਦੇ ਲਈ ਆਉਂਦਾ ਤਾਂ ਇਸਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਸਦਾ ਕਤਲ ਕਰ ਦਿੱਤਾ ਜਾਂਦਾ। ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਲੂਲਬਾਈ ਪਿੰਡ ਦੇ ਮਸਲਾ ਹੈਗਾ। ਇਹਦੇ ਵਿੱਚ ਇੱਕ ਵਿੱਕੀ ਨਾਮ ਦਾ ਲੜਕਾ ਜੋ ਕਿ ਇਸੇ ਪਿੰਡ ਦਾ ਰਹਿਣ ਵਾਲਾ ਅਤੇ ਮਜ਼ਦੂਰੀ ਦਾ ਕੰਮ ਕਰਦਾ। ਇਹਦੀ ਇੱਥੇ ਇੱਕ ਪਿੰਡ ਦੇ ਵਿੱਚ ਇੱਕ ਲੇਡੀ ਬੇਅੰਤ ਨਾਮ ਦੀ ਲੜਕੀ ਹੈਗੀ ਹੈ, ਉਹਦੇ ਨਾਲ ਇਹਦੇ ਰਿਲੇਸ਼ਨ ਦੇ ਵਿੱਚ ਸੀਗਾ। ਰਾਤ ਜਦੋਂ ਉਸਨੂੰ ਮਿਲਣ ਆਇਆ ਸੀਗਾ ਤਕਰੀਬਨ 11-12 ਵਜੇ ਦੇ ਕਰੀਬ, ਤਾਂ ਉਸਦੇ ਘਰ ਵਾਲੇ ਨੂੰ ਇਹਨਾਂ 'ਤੇ ਪਹਿਲਾਂ ਹੀ ਸ਼ੱਕ ਸੀਗਾ ਵੀ ਇਹਦੇ ਕਿ ਵਿੱਕੀ ਦੇ ਉੱਪਰ ਅਤੇ ਆਪਣੀ ਘਰਵਾਲੀ ਦੇ ਉੱਪਰ। ਤਾਂ ਉਹਨਾਂ ਨੇ ਪਹਿਲਾਂ ਹੀ ਇਸ ਚੀਜ਼ ਦੀ ਪੂਰੀ ਪਲੈਨਿੰਗ ਕੀਤੀ ਹੋਈ ਸੀਗੀ। ਜਦੋਂ ਉਸਦੇ ਘਰ ਦੇ ਵਿੱਚ ਆਇਆ ਤਾਂ ਉਹਨਾਂ ਨੇ ਇਹਨੂੰ ਮੌਕੇ ਦੇ ਉੱਪਰ ਫੜ ਲਿਆ ਅਤੇ ਉਸ ਤੋਂ ਬਾਅਦ ਉਹਦੇ ਨਾਲ ਉਹਦੇ ਕੋਈ ਸਾਥੀ ਸੀਗੇ, ਉਹਨਾਂ ਨਾਲ ਮਿਲ ਕੇ ਇਸਦੀ ਕੁੱਟਮਾਰ ਕੀਤੀ ਅਤੇ ਜਿਹੜੀ ਹੈਗੀ ਹੈ ਰਾਤ ਨੂੰ ਜਿਹੜਾ ਇਸਦਾ ਕਤਲ ਕਰ ਦਿੱਤਾ। ਸੋ ਹੁਣ ਜਿਹੜੀ ਹੈਗੀ ਹੈ ਮੌਕੇ 'ਤੇ ਪੁਲਿਸ ਪਾਰਟੀ ਜਿਹੜੀ ਸਾਡੀ ਆ ਗਈ ਹੈ, ਫੋਰੈਂਸਿਕ ਟੀਮ ਸਾਡੀ ਮੌਕੇ 'ਤੇ ਜਿਹੜੀ ਹੈਗੀ ਐਵੀਡੈਂਸ ਕਲੈਕਸ਼ਨ ਕਰ ਰਹੀ ਹੈ। ਜਿਹੜੇ ਮ੍ਰਿਤਕ ਦਾ ਰਿਸ਼ਤੇਦਾਰ ਨੇ, ਫਾਦਰ ਹੈ, ਉਹ ਵੀ ਰਾਤ ਜਦੋਂ ਮੌਕੇ 'ਤੇ ਆ ਗਏ ਸੀਗੇ, ਉਹਨਾਂ ਨੇ ਵੀ ਆ ਕੇ ਜਦੋਂ ਜਿਹੜਾ ਸਾਰਾ ਮਾਮਲਾ ਜਿਹੜਾ ਆਪਣੀ ਅੱਖੀਂ ਦੇਖਿਆ। ਸੋ ਉਹਨਾਂ ਦੇ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਜਿਹੜੀ ਅਗਲੀ ਕਾਰਵਾਈ ਜਿਹੜੀ ਹੈਗੀ ਹੈ ਫਰਦਰ ਇਨਵੈਸਟੀਗੇਸ਼ਨ ਸ਼ੁਰੂ ਕਰ ਰਹੇ ਹਾਂ। ਇਹਦੀ ਤਕਰੀਬਨ 26 ਕੁ ਸਾਲ ਦੀ ਉਮਰ ਹੈ, ਯੰਗ ਏਜ ਦਾ ਮੁੰਡਾ ਹੈਗਾ, ਇਸੇ ਪਿੰਡ ਦਾ ਰਹਿਣ ਵਾਲਾ। ਇੱਥੇ ਜਿਹੜੀ ਫਰਦਰ ਪ੍ਰੀਲਿਮੀਨਰੀ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਇਹੀ ਗੱਲ ਸਾਹਮਣੇ ਆਈ ਕਿ ਜਿਹੜੀ ਇੱਕ ਲੜਕੀ ਹੈ ਇਸ ਪਿੰਡ ਦੀ ਰਹਿਣ ਵਾਲੀ, ਉਸ ਨਾਲ ਇਸਦੇ ਸੰਬੰਧ ਸੀਗੇ। ਰਾਤ ਜਦੋਂ ਉਸਨੂੰ ਮਿਲਣ ਆਇਆ ਸੀਗਾ ਅਤੇ ਕਿਉਂਕਿ ਉਸਦੇ ਘਰ ਵਾਲੇ ਨੂੰ ਪਹਿਲਾਂ ਇਹਨਾਂ ਦਾ ਸ਼ੱਕ ਸੀਗਾ ਅਤੇ ਉਹ ਪਲੈਨਿੰਗ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਇੱਥੇ ਪਹਿਲਾਂ ਹੀ ਉਹਦੀ ਵੇਟ ਕਰ ਰਿਹਾ। ਜਦੋਂ ਆਇਆ ਤਾਂ ਉਸਨੂੰ ਫੜ ਲਿਆ, ਫੜ ਕੇ ਉਹਦੀ ਕੁੱਟਮਾਰ ਕੀਤੀ ਅਤੇ ਜਿਹੜਾ ਹੈਗਾ ਉਸਦਾ ਕਤਲ ਕਰ ਦਿੱਤਾ। ਅਸੀਂ ਉਸਦੇ ਪਰਿਵਾਰਕ ਮੈਂਬਰਾਂ ਦੇ ਬਿਆਨ 'ਤੇ, ਜਿਹੜੇ ਉਸਦੇ ਮੌਕੇ 'ਤੇ ਰਾਤ ਆਏ ਸੀਗੇ, ਉਹਨਾਂ ਦੇ ਬਿਆਨ ਕਲਮਬੰਦ ਕਰਕੇ ਥਾਣਾ ਆਨੰਦਗੜ੍ਹ ਦੇ ਵਿੱਚ ਮੁਕੱਦਮਾ ਦਰਜ ਕਰਕੇ ਅਗਲੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ।